ਮੈਂ ਇਸ ਲਈ ਆ ਕਿਉਂਕਿ ਤੁਸੀਂ ਮੈਨੂੰ ਸੱਦਿਆ। ਮੇਰੇ ਪਾਪਾ ਨੇ ਕਿਹਾ ਪੰਜਾਬ ਦੇ ਹਰ ਬੰਦੇ ਦੇ ਦਿਲ ਚ ਤੂੰ ਬੈਠਾ ਹੋਇਆ ਬੇਟਾ, ਜਾ ਉੱਥੇ ਔਰ ਸਾਰੇ ਤੁਹਾਨੂੰ ਪਿਆਰ ਕਰਨਗੇ। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਤੋਂ ਕਈ ਜ਼ਿਆਦਾ ਪਿਆਰ ਮੈਂ ਤੁਹਾਨੂੰ ਕਰਦਾ ਕਿਵੇਂ ਕਰਦਾ। ਗੁਰਦਾਸਪੁਰ ਦੇ ਲੋਕਾਂ ਨੇ ਫਿਲਮ ਅਭਿਨੇਤਾ ਸੰਨੀ ਦਿਓਲ ਨੂੰ ਵੱਡੇ ਅੰਤਰ ਨਾਲ ਲੋਕ ਸਭਾ ਦੀ ਸੀਟ ਜਿਤਾ ਕੇ ਸ਼ਾਇਦ ਗਲਤੀ ਕਰ ਲਈ ਹੈ, ਕਿਉਂਕਿ ਸੰਨੀ ਦਿਓਲ ਨੇ ਆਪਣੇ ਕੰਮ ਕਾਜ ਨੂੰ ਵੇਖਣ ਦੇ ਲਈ ਅਜਿਹੇ ਵਿਅਕਤੀ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਜਿਸਦਾ ਰਾਜਨੀਤੀ ਨਾਲ ਕੀ ਗੁਰਦਾਸਪੁਰ ਨਾਲ ਵੀ ਕੋਈ ਵੀ ਲੈਣਾ ਦੇਣਾ ਨਹੀਂ ਹੈ। ਕਾਂਗਰਸ ਦੇ ਸਭ ਤੋਂ ਵੱਡੇ ਉਮੀਦਵਾਰ ਸੁਨੀਲ ਜਾਖੜ ਨੂੰ 82,459 ਸੀਟਾਂ ਨਾਲ ਪਛਾੜ ਕੇ ਵੀ ਸੰਨੀ ਦਿਓਲ ਆਪਣੀ ਥਾਂ ਕਿਸੇ ਹੋਰ ਨੂੰ ਸੌਂਪ ਚੁੱਕੇ ਨੇ ਜ਼ਿੰਮੇਵਾਰੀ। ਜ਼ਿੰਮੇਵਾਰੀ ਵੀ ਉਸ ਵਿਅਕਤੀ ਨੂੰ ਜੋ ਖੁਦ ਇੱਕ ਲਾਈਨ ਪ੍ਰੋਡਿਊਸਰ ਹੈ ਤੇ ਇੱਕ ਲੇਖਕ ਨੇ ਜੋ ਕਿ ਮੋਹਾਲੀ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਗੁਰਦਾਸਪੁਰ ਤੋਂ ਤਕਰੀਬਨ 200 ਕਿਲੋਮੀਟਰ ਦੂਰ ਹੈ। ਰਾਜਨੀਤੀ ਦੇ ਬਾਰੇ ਮੈਨੂੰ ਇੰਨਾ ਨਹੀਂ ਪਤਾ, ਲੇਕਿਨ ਮੈਂ ਇੱਕ ਦੇਸ਼ ਭਗਤ ਹਾਂ। ਮੈਂ ਇੱਥੇ ਵਾਅਦਾ ਕਰਨ ਨਹੀਂ ਆਇਆ, ਲੇਕਿਨ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਜੋੜਨ ਆਇਆ ਤੇ ਆਪਾਂ ਸਾਰੇ ਇਕੱਠੇ ਜੁੜ ਜਾਈਏ। ਸੋਨੂੰ ਭਾਜੀ ਮੇਰੇ ਨਾਲ ਜੁੜ ਜਾਓ ਤੁਸੀਂ ਸਾਰੇ, ਮਾਈਕ ਅੱਗੇ ਰੱਖਾ ਤੇ ਆਪਾਂ ਅੱਗੇ ਲੜਾਂਗੇ। ਮਾਈਕ ਅੱਗੇ ਰੱਖਿਓ। ਲੜਕੇ ਜਿੱਤਾਂਗੇ, ਜੇ ਤਾਕੀ ਬਾਕੀ ਹੈ ਡਰੋ ਨਾ, ਕੋਈ ਵੀ ਕੋਈ ਨਹੀਂ ਡਰੇਗਾ ਇੱਥੇ, ਕਿਉਂਕਿ ਮੈਂ ਤੁਹਾਡੇ ਨਾਲ ਹਾਂ, ਮੋਦੀ ਜੀ ਸਾਡੇ ਨਾਲ ਹੈ, ਆਪਾਂ ਮੋਦੀ ਜੀ ਨੂੰ ਜਿਤਾਉਣਾ ਤੇ ਜੇ ਤੁਸੀਂ ਮੈਨੂੰ ਜਿਤਾਓਗੇ ਮੋਦੀ ਜੀ ਜਿੱਤਣਗੇ, ਤੁਸੀਂ ਸਾਰੇ ਜਿੱਤੋਗੇ। ਤੇ ਮੈਂ ਦਿਲੋਂ ਕਹਿਣਾ ਜੋ ਜੋ ਤੁਹਾਨੂੰ ਚਾਹੀਦਾ ਸਾਰਾ ਕੁਛ ਮੈਂ ਕਰਾਂਗਾ। ਬਸ ਇੱਕ ਦਫ਼ਾ ਤੁਸੀਂ ਸਾਰੇ ਮੇਰੇ ਨਾਲ ਜੁੜ ਜਾਓ, ਮੈਂ ਤੁਹਾਡਾ ਹਾਂ ਤੇ ਮੈਂ ਹੋਰ ਕਿੱਥੇ ਨਹੀਂ ਜਾਵਾਂਗਾ। ਚੋਣਾਂ ਤੋਂ ਪਹਿਲਾਂ ਤਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਸੰਨੀ ਦਿਓਲ ਦੁਆਰਾ, ਪਰ ਉਹ ਵਾਅਦੇ ਵੀ ਸ਼ਾਇਦ ਉਹਨਾਂ ਦੀ ਫਿਲਮਾਂ ਦੇ ਵਾਂਗੂ ਸਿਰਫ ਇੱਕ ਡਾਇਲੋਗ ਹੀ ਨਿਕਲੇ ਜਿਸ ਨੂੰ ਸੰਨੀ ਦਿਓਲ ਹੁਣ ਭੁੱਲ ਚੁੱਕੇ ਨੇ। ਦੇਖੋ ਮੈਂ ਉਮੀਦਾਂ ਤੋਂ ਡਰਦਾ ਨਹੀਂ ਹਾਂ, ਓਕੇ, ਮੈਂ ਬੰਦਾ ਹੈਗਾ ਕੰਮ ਲੈਣਾ, ਮੈਂ ਇਰਾਦੇ ਨਾਲ ਆਇਆ, ਮੈਂ ਆਪਣਾ ਇਰਾਦਾ ਲੈ ਕੇ ਅੱਗੇ ਜਾਊਂਗਾ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ। ਬਿਊਰੋ ਰਿਪੋਰਟ, ਟਰੂ ਸਕੂਪ।